ਹੋਇਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਰਹੇ ਹੋ ਤੇ ਇਹ ਤਸਵੀਰਾਂ ਜਿਹੜੀਆਂ ਨੇ ਸ਼ਾਮ ਵੇਲੇ ਦੀਆਂ ਰਾਜਸਥਾਨ ਦੇ ਕੋਟਾ ਤੇ ਟਿੱਬੀ ਏਰੀਆ ਦੀਆਂ ਨੇ ਜਿੱਥੇ ਕਿ ਜਿਹੜਾ ਪਸ਼ੂਆਂ ਦਾ ਚਾਰਾ ਸੀ ਖਾਸ ਕਰਕੇ ਜਿਵੇਂ ਪਰਾਲੀ ਵਗੈਰਾ ਰੱਖੀ ਹੋਈ ਸੀ ਉਹ ਵੀ ਜਿਹੜੀ ਸੜ ਕੇ ਸੁਆਹ ਹੋ ਗਈ ਹੈ ਹਨੇਰੀ ਨਾਲ ਤੇ ਉੱਥੇ ਹੀ ਕਣਕਾਂ ਦਾ ਵੀ ਕਾफी ਨੁਕਸਾਨ ਹੋਇਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਗੜੇਮਾਰੀ ਨਾਲ ਜਿਹੜੀ ਕਣਕ ਦੀ ਫਸਲ ਇਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਇਸ ਦੇ ਨਾਲ ਨਾਲ ਪਾਰਤ ਦਾ ਗਵਾਂਡੀ ਦੇਸ਼ੇ ਪਾਕਿਸਤਾਨ ਉਥੇ ਵੀ ਕਿਸਾਨ ਵੀਰੇ ਜਿਹੜੇ ਨੇ ਕਾਫੀ ਜ਼ਿਆਦਾ ਦੁਖੀ ਨੇ ਪਰੇਸ਼ਾਨ ਨੇ ਕਿਉਂਕਿ ਉਹਨਾਂ ਦੇ ਵੀ ਕਣਕਾਂ ਦਾ ਕਾਫੀ ਨੁਕਸਾਨ ਹੋਇਆ ਤੇ ਇਸ ਦੇ ਨਾਲ-ਨਾਲ ਖੇਤਾਂ ਦੇ ਵਿੱਚ ਵੀ ਪਾਣੀ ਖੜਾ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਸ਼ਾਮ ਤੇ ਦੇਰ ਰਾਤ ਤੱਕ ਜਿਹੜੀ ਇਹ ਤੇਜ਼ ਹਨੇਰੀ ਚੱਲਦੀ ਰਹੀ ਜਿਵੇਂ ਕਿ ਫਾਜ਼ਲਕਾ ਬਠਿੰਡਾ ਤੇ ਇਸ ਦੇ ਨਾਲ-ਨਾਲ ਸ੍ਰੀ ਤਰਨਤਾਰਨ ਸਾਹਿਬ ਸ੍ਰੀ ਅੰਮ੍ਰitsar ਸਾਹਿਬ ਫਰੀਦਕੋਟ ਹੁਸ਼ਿਆਰ ਹੋਰ ਤੇ ਜਲੰਧਰ ਦਾ ਕਾਫੀ ਏਰੀਆ ਤੇ ਇਸ ਤੋਂ ਇਲਾਵਾ ਹਰਿਆਣਾ ਦਾ ਜਿਵੇਂ ਸਿਰਸਾ ਡੱਬ ਵਾਲੀ ਤੇ ਇਸ ਦੇ ਹੋਰ ਨੇੜੇ ਦੇ ਜਿੰਨੇ ਵੀ ਏਰੀਆ ਨੇ ਉਹਨਾਂ ਦੇ ਵਿੱਚ ਤੇਜ਼ ਹਵਾਵਾਂ ਚੱਲੀਆਂ ਤੇ ਜਿਸ ਦਾ ਕਾਫੀ ਜ਼ਿਆਦਾ ਕਈ ਥਾਵਾਂ ਤੇ ਨੁਕਸਾਨ ਵੀ ਹੋਇਆ ਤੇ ਇੱਕ ਹੋਰ ਦੱਸਦੇ ਚੱਲੀਏ ਕਿ ਜਿਹੜੇ ਰਾਜਸਥਾਨ ਦੇ ਕੋਟਾ ਤੋਂ ਇੱਕ ਕਿਸਾਨ ਵੀਰ ਨੇ ਉਹਨਾਂ ਨੇ ਬੜੇ ਭਰੇ ਮਨ ਨਾਲ ਸਾਨੂੰ ਸਪੈਸ਼ਲ ਇਹ ਜਣੀ ਹੁਕਮੀ ਮੈਂ ਕਹਾਂਗਾ ਉਹਨਾਂ ਵੀਰਾਂ ਨੇ ਕੀਤਾ ਤੇ ਉਹ ਦੁਖੀ ਬੜੇ ਨੇ ਕਿ ਜਿਹੜੇ ਪੰਜਾਬ ਤੋਂ ਗਏ ਹੋਏ ਮਸ਼ੀਨਾਂ ਨੇ ਕਣਕ ਵੜਾਈ ਵਾਲੀਆਂ ਉਹ ਵਾਪਸ ਆ ਰਹੀਆਂ ਨੇ ਪੰਜਾਬ ਵੱਲ ਨੂੰ ਤੇ ਉੱਥੋਂ ਦੇ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਉਹ ਬੇਨਤੀ ਕਰ ਰਹੇ ਨੇ ਕਿ 5-7 ਦਿਨ ਹੋਰ ਜ਼ਰੂਰ ਲਾਏ ਜਾਣ ਤੇ ਜਿੱਥੇ ਕਿ ਉੱਥੇ ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰਤੀ ਏਕੜ ਦਾ 1500 ਰੁਪਏ ਦੇ ਲਗਭਗ ਜਿਹੜਾ ਰੇਟ ਚੱਲ ਰਿਹਾ ਪਰ ਮਸ਼ੀਨਾਂ ਵਾਲੇ ਖੜ ਨਹੀਂ ਰਹੇ ਤੇ ਉੱਪਰੋਂ ਜਿਹੜੀ ਪਰਮਾਤਮਾ ਦੀ ਜਿਹੜੀ ਰਜਾ ਚੱਲ ਰਹੀ ਹੈ ਤੇ ਕਿਸਾਨ ਦੁਖੀ ਬਹੁਤ ਨੇ ਤੇ ਜਿਹੜੀਆਂ ਕਣਕੇ ਬਹੁਤ ਜ਼ਿਆਦੀ ਵढਾਈ ਤੋਂ ਰਹਿੰਦੀ ਹੈ ਤੇ ਇਹ ਮੈਸੇਜ ਅਸੀਂ ਉਹਨ ਆਪਣੇ ਜਿਹੜੇ ਕੰਬਾਈਨਾਂ ਵਾਲੇ ਮਾਲਕ ਨੇ ਵੀਰ ਨੇ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਆਂ ਵੀ ਇਹ ਗੱਲ ਦਾ ਧਿਆਨ ਰੱਖਣਾ ਤੇ ਆਪਣੇ ਕੋਟਾ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕਣਕ ਖੜੀ ਹੈ ਉਸ ਦੀ ਵੜਾਈ ਜ਼ਰੂਰ ਕਰਨਾ ਤੇ ਇਸ ਤੋਂ ਇਲਾਵਾ ਦੋਸਤੋ ਹੁਣ ਆਪਾਂ ਗੱਲ ਕਰਦੇ ਆਂ ਜਿਹੜਾ ਅੱਜ ਦਾ ਦਿਨ ਦਾ ਜਿਹੜਾ ਮੌਸਮ ਹੈ ਉਸ ਦੇ ਵਿੱਚ ਵੀ ਮੌਸਮ ਜਿਹੜਾ ਖਰਾਬ ਰਹਿਣ ਦੀ ਸੰਭਾਵਨਾ ਹੈ ਤੇ ਜਿਹੜਾ ਇਕਾਦੁੱਖਾ ਥਾਵਾਂ ਦੇ ਉੱਪਰ ਗੜੇਮਾਰੀ ਵੀ ਹੋ ਸਕਦੀ ਏ ਪੰਜਾਬ ਵਿੱਚ ਖਾਸ ਕਰਕੇ ਤੇ ਹਰਿਆਣਾ ਦੇ ਵਿੱਚ ਜਿਹੜੀ ਇਹ بارش ਪੰਜਾਬ ਨਾਲੋਂ ਘੱਟ ਹੋਣ ਦੀ ਉਮੀਦ ਹੈ ਤੇ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੇ ਹੋਰ ਜਿਹੜੇ ਚੰਡੀਗੜ੍ਹ ਵਗੈਰਾ ਦਾ ਏਰੀਆ ਇਹਨਾਂ ਦੇ ਵਿੱਚ ਵੀ ਅੱਜ بارش ਦੀ ਸੰਭਾਵਨਾ ਹੈ ਤੇ ਦਿੱਲੀ ਦੇ ਵਿੱਚ ਵੀ ਬੱਦਲਵਾਈ ਦੇ ਨਾਲ-ਨਾਲ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ ਉੱਤਰ ਪ੍ਰਦੇਸ਼ ਯਾਨੀ ਯੂਪੀ ਦੇ ਵਿੱਚ ਵੀ ਟੁੱਟਵੀਂ ਬੱਦਲਵਾਈ ਬਣੀ ਰਹੇਗੀ ਕਿਤੇ-ਕਿਤੇ ਛਿੱਟੇ